ਭਾਅ ਜੀ ਕੀ ਨਾਮ ਹੈ ਆਪਣਾ ਜੀ? ਹਾਂਜੀ ਮਹਾਂ ਸਿੰਘ ਜੀ। ਕਿੱਥੋਂ ਆ ਤੁਸੀਂ, ਕਿਹੜੀ ਜਗ੍ਹਾ ਤੋਂ? ਇੱਥੇ ਨੰਗਲ ਜੋੜਾ ਪਿੰਡ ਹੈ ਆਪਣਾ। ਅੱਜ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੋਈ ਵੇਰਵਾ ਦੇ ਸਕਦੇ ਆ ਜੀ? ਵੇਰਵਾ ਤਾਂ ਜੀ ਹੁਣ ਇੱਧਰ ਨਿਹੰਗ ਸਿੰਘ ਨੇ, ਕਿਸੇ ਜਥੇਬੰਦੀ ਦੇ ਸਿੰਘ ਨੇ ਆਹ ਪਿੰਡ 'ਚੋਂ ਇੱਧਰੋਂ ਨਿਕਲੇ ਨੇ ਹਾਈਵੇ 'ਤੇ, ਅਤੇ ਆਲਾ ਦੁਆਲਾ ਨਾ ਦੇਖਣ ਦੀ ਵਜ੍ਹਾ ਨਾਲ ਦੋ ਗੱਡੀਆਂ ਦੇ ਵਿੱਚ ਭਿੜ ਗਏ ਨੇ। ਸੋ ਇਹ ਚੜ੍ਹਾਈ ਕਰ ਗਏ ਨੇ, ਬੜੀ ਦੁਖਦਾਈ ਖਬਰ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਹਾਈਵੇ 'ਤੇ ਚੜ੍ਹਦੇ ਹਾਂ ਆਲਾ ਦੁਆਲਾ ਜ਼ਰੂਰ ਦੇਖਣ, ਕਿਉਂਕਿ ਗੱਡੀਆਂ ਬਹੁਤ ਫਾਸਟ 'ਚ ਚੱਲਦੀਆਂ ਆ, ਇਹਦੇ ਕਰਕੇ ਇੱਧਰ ਘਟਨਾ ਹੁੰਦੀਆਂ ਆ। ਸੋ ਇਹ ਹੁਣ ਬਾਬਾ ਜੀ ਹੁਣੇ ਚੜ੍ਹਾਈ ਕਰਕੇ ਨੇ, ਇਹਨਾਂ ਦੇ ਘਰਦਿਆਂ ਨੂੰ ਉਡੀਕਦੇ ਪਏ ਹਾਂ, ਅਤੇ ਪੁਲਿਸ ਮੁਲਾਜ਼ਮ ਆਏ ਹੋਏ ਨੇ, ਕਾਰਵਾਈ ਹੋ ਰਹੀ ਹੈ। ਅਤੇ ਸਿੰਘ ਸਾਹਿਬ ਇਕੱਲੇ ਸੀਗੇ ਜੀ? ਇਕੱਲੇ ਹੀ ਸੀਗੇ ਜੀ ਆਪਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੇ ਅੱਜ ਕੀ ਦੁਰਘਟਨਾ ਜਿਹੜੀ ਆ ਹੋਈ ਆ ਉਹਦਾ ਵੇਰਵਾ ਦਿਓ। ਅੱਜ ਇੰਟੀਮੇਸ਼ਨ ਮਿਲੀ ਸੀਗੀ ਕਿ ਜੈਤਪੁਰ ਅੱਡੇ ਦੇ ਉੱਪਰ ਮੇਨ ਜੀ ਟੀ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਹੈ, ਦੋ ਗੱਡੀਆਂ ਸੀਗੀਆਂ ਅਤੇ ਇੱਕ ਮੋਟਰਸਾਈਕਲ ਸੀਗਾ ਜੀ। ਅਤੇ ਪਤਾ ਲੱਗਾ ਕਿ ਨਾਲ ਲੱਗਦਾ ਜਦ ਮੌਕੇ 'ਤੇ ਪਹੁੰਚੇ ਹਾਂ, ਉੱਥੇ ਇੱਕ ਮੋਟਰਸਾਈਕਲ 'ਤੇ ਜਗਜੀਤ ਸਿੰਘ ਸਾਨਾਮ ਸੁਵਰਨ ਸਿੰਘ ਬਸਪਿਲ ਸੁਪਰੀਮਕੋਟ ਤੋਂ ਸੀਗੇ, ਉਹਨਾਂ ਦੇ ਐਕਸੀਡੈਂਟ ਮੌਕੇ 'ਤੇ ਮੌਤ ਹੋ ਗਈ। ਅਤੇ ਉਹਨਾਂ ਨੂੰ ਨਾਲ ਦਾ ਦਸੀਪੁਰ ਹੋਸਪਿਟਲ ਆਪਾਂ ਲੈ ਕੇ ਗਏ ਹਾਂ, ਜੋ ਵੀ ਅੱਗੇ ਕਰ ਰਹੀ ਹੈ, ਅਤੇ ਬਾਕੀ ਸਾਰਾ ਰੋਡ ਕਲੀਅਰ ਕਰਤਾ ਆ, ਜੋ ਵੀ ਅੱਗੇ ਨੈਸੈਸਰੀ ਕਨੈਕਸ਼ਨ ਜਿਹੜਾ ਹੋਊਗਾ ਘਰ ਦੇ ਉਹ ਅਮਲ 'ਚ ਲਿਆਉਂਦੇ ਹਾਂ। ਭਾਅ ਜੀ ਕੀ ਨਾਮ ਹੈ ਆਪਣਾ ਜੀ? ਹਾਂਜੀ ਮਹਾਂ ਸਿੰਘ ਜੀ। ਕਿੱਥੋਂ ਆ ਤੁਸੀਂ, ਕਿਹੜੀ ਜਗ੍ਹਾ ਤੋਂ? ਇੱਥੇ ਨੰਗਲ ਜੋੜਾ ਪਿੰਡ ਹੈ ਆਪਣਾ। ਅੱਜ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੋਈ ਵੇਰਵਾ ਦੇ ਸਕਦੇ ਆ ਜੀ? ਵੇਰਵਾ ਤਾਂ ਜੀ ਹੁਣ ਇੱਧਰ ਨਿਹੰਗ ਸਿੰਘ ਨੇ, ਕਿਸੇ ਜਥੇਬੰਦੀ ਦੇ ਸਿੰਘ ਨੇ ਆਹ ਪਿੰਡ 'ਚੋਂ ਇੱਧਰੋਂ ਨਿਕਲੇ ਨੇ ਹਾਈਵੇ 'ਤੇ, ਅਤੇ ਆਲਾ ਦੁਆਲਾ ਨਾ ਦੇਖਣ ਦੀ ਵਜ੍ਹਾ ਨਾਲ ਦੋ ਗੱਡੀਆਂ ਦੇ ਵਿੱਚ ਭਿੜ ਗਏ ਨੇ। ਸੋ ਇਹ ਚੜ੍ਹਾਈ ਕਰ ਗਏ ਨੇ, ਬੜੀ ਦੁਖਦਾਈ ਖਬਰ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਹਾਈਵੇ 'ਤੇ ਚੜ੍ਹਦੇ ਹਾਂ ਆਲਾ ਦੁਆਲਾ ਜ਼ਰੂਰ ਦੇਖਣ, ਕਿਉਂਕਿ ਗੱਡੀਆਂ ਬਹੁਤ ਫਾਸਟ 'ਚ ਚੱਲਦੀਆਂ ਆ, ਇਹਦੇ ਕਰਕੇ ਇੱਧਰ ਘਟਨਾ ਹੁੰਦੀਆਂ ਆ। ਸੋ ਇਹ ਹੁਣ ਬਾਬਾ ਜੀ ਹੁਣੇ ਚੜ੍ਹਾਈ ਕਰਕੇ ਨੇ, ਇਹਨਾਂ ਦੇ ਘਰਦਿਆਂ ਨੂੰ ਉਡੀਕਦੇ ਪਏ ਹਾਂ, ਅਤੇ ਪੁਲਿਸ ਮੁਲਾਜ਼ਮ ਆਏ ਹੋਏ ਨੇ, ਕਾਰਵਾਈ ਹੋ ਰਹੀ ਹੈ। ਅਤੇ ਸਿੰਘ ਸਾਹਿਬ ਇਕੱਲੇ ਹੀ ਸੀਗੇ ਜੀ? ਇਕੱਲੇ ਹੀ ਸੀਗੇ ਜੀ ਆਪਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੇ ਅੱਜ ਕੀ ਦੁਰਘਟਨਾ ਜਿਹੜੀ ਆ ਹੋਈ ਆ ਉਹਦਾ ਵੇਰਵਾ ਦਿਓ। ਅੱਜ ਇੰਟੀਮੇਸ਼ਨ ਮਿਲੀ ਸੀਗੀ ਕਿ ਜੈਤਪੁਰ ਅੱਡੇ ਦੇ ਉੱਪਰ ਮੇਨ ਜੀ ਟੀ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਹੈ, ਦੋ ਗੱਡੀਆਂ ਸੀਗੀਆਂ ਅਤੇ ਇੱਕ ਮੋਟਰਸਾਈਕਲ ਸੀਗਾ ਜੀ। ਅਤੇ ਪਤਾ ਲੱਗਾ ਕਿ ਨਾਲ ਲੱਗਦਾ ਜਦ ਮੌਕੇ 'ਤੇ ਪਹੁੰਚੇ ਹਾਂ, ਉੱਥੇ ਇੱਕ ਮੋਟਰਸਾਈਕਲ 'ਤੇ ਜਗਜੀਤ ਸਿੰਘ ਸਾਨਾਮ ਸੁਵਰਨ ਸਿੰਘ ਬਸਪਿਲ ਸੁਪਰੀਮਕੋਟ ਤੋਂ ਸੀਗੇ, ਉਹਨਾਂ ਦੇ ਐਕਸੀਡੈਂਟ ਮੌਕੇ 'ਤੇ ਮੌਤ ਹੋ ਗਈ। ਅਤੇ ਉਹਨਾਂ ਨੂੰ ਨਾਲ ਲੱਗਦਾ ਸੀਪੁਰ ਹੋਸਪਿਟਲ ਆਪਾਂ ਲੈ ਕੇ ਗਏ ਹਾਂ, ਜੋ ਵੀ ਅੱਗੇ ਕਰ ਰਹੀ ਹੈ, ਅਤੇ ਬਾਕੀ ਸਾਰਾ ਰੋਡ ਕਲੀਅਰ ਕਰਤਾ ਆ, ਜੋ ਵੀ ਅੱਗੇ ਨੈਸੈਸਰੀ ਕਨੈਕਸ਼ਨ ਜਿਹੜਾ ਹੋਊਗਾ ਘਰ ਦੇ ਉਹ ਅਮਲ 'ਚ ਲਿਆਉਂਦੇ ਹਾਂ।